चर्चा। सत श्री अकाल दोस्तों, मैं दर्शन सिंह दर्शक चर्चा प्रोग्राम लेके हाजिर हूं। देश के पांच प्रमुख राज्यों राजस्थान, मध्य प्रदेश, छत्तीसगढ़, तेलंगाना ते मिजोरम दे विच चोणां दा ऐलान हो चुका है। सियासी पार्टियां ने अपनियां सरगर्मियां तेज कर दित्तियां ने। भारतीय जनता पार्टी ने तो अपने उम्मीदवारां दीआं सूचियां भी जारी कर दित्तियां ने। इन्हां चोणां नूं जिहड़े सियासी माहिर ने 2024 दा सैमीफाइनल मन रहे ने। इस दे नाल नाल यह भी कहा जा रहा है यह NDA ते इंडिया नामक जो दो गठजोड़ ने उन्हां लई भी इम्तिहान की कड़ी है। कांग्रेस ने अपने दो सूबे बचाने ने ते भारतीय जनता पार्टी ने अपना एक सूबा बचाना। इस तों बाद जिहड़ी जिहड़ियां सीटां ते जां जिहड़े जिहड़े स्टेटां दे इन्हां दी जित हुंदी है वह एक बोनस होगा। उस दे नाल संकेत भी मिलणगे कि केड़ी केड़ी पार्टी किन्ने किन्ने पानी च खड़ी है। तो इस जिहड़े चोण जिहड़ा जंग शुरू होण वाली है इहदे विच किहड़े किहड़े मुद्दे भारू हो सकते ने उहनां दे उत्ते आपां अज चर्चा कर रहे हां। चर्चा करन दे लई साडे विच मौजूद ने सीनियर पत्रकार वरिंदर शर्मा जी। इसे तरीके दे नाल साडे विच मौजूद ने सतपाल सिद्धू जी, साबका पुलिस अधिकारी भी ने पर हुण जिहड़ा सियासी टिप्पणी करते ने वह बड़ी सटीक हुंदी है। वह तुसी लगभग इस चैनल दे उत्ते जदों भी वह पहुँचते आ तुसी देखते सुनते भी हो। संजय कपूर जी भारतीय जनता पार्टी की नुमाइंदगी कर रहे ने, इंडिया नाल गठजोड़ है ना उस दे विरुद्ध ने ते NDA गठजोड़ दे वह प्रतिनिधि ने। इस तरीके दे नाल विनोद भारती जी जो कांग्रेस की नुमाइंदगी कर रहे हैं ते इंडिया नाम गठजोड़ दे वह प्रतिनिधि ने। तुहाडा सारयां दा स्वागत है। शर्मा जी सब तो पहला ये दसो कि जिस तरीके दे नाल हुण चोणां दा ऐलान हो गया है ते सियासी धिरां ने अपनी सरगर्मियां तेज कर लईआं ने, की तुसीं इह समझदे हो कि यह 2024 दी जिहड़ी लोक सभा चोणां ने उहनां दा सैमीफाइनल है? गल इह है, सारयां नूं पहले सति श्री अकाल ते नमस्कार। ते उहदे बाद जिहड़ी तुसीं गल कही है कि इस वेले फाइनलां ते सैमीफाइनलां दा दौर चलदा पिआ है। एक पासे तां वर्ल्ड कप चल रिहा है क्रिकेट दा, ਉਹਦਾ ਫਾਈਨਲ ਨੇੜੇ ਆ ਜਾਣਾ ਹੈ। ਜਦੋਂ ਉਹਦਾ ਫਾਈਨਲ ਹੋਣਾ ਉਦੋਂ ਸਿਆਸੀ ਸੈਮੀਫਾਈਨਲ ਆਲਮੋਸਟ ਉਸ ਸਮੇਂ ਦੇ ਵਿੱਚ ਹੋਣਾ ਹੈ। ਔਰ ਇਸ ਵੇਲੇ ਸਾਰਾ ਹਿੰਦੁਸਤਾਨ ਗੇਮ ਦੋਨਾਂ ਗੇਮਸ ਨੂੰ ਦੇਖ ਲਿਆ ਹੈ। ਇੱਕ ਜਿਹੜੀ ਇਹ ਸੈਮੀਫਾਈਨਲ ਪੋਲੀਟੀਕਲ ਹੋਣ ਵਾਲਾ ਹੈ ਤੇ ਇੱਕ ਫਾਈਨਲ ਹਿੰਦੁਸਤਾਨ ਦੇ ਵਿੱਚ ਕ੍ਰਿਕਟ ਦਾ ਜਿਹੜਾ ਹੈ ਵਰਲਡ ਕੱਪ ਹੋਣ ਵਾਲਾ ਹੈ। ਦੋਨਾਂ ਦੀਆਂ ਸਰਗਰਮੀਆਂ ਤੇਜ਼ ਨੇ। ਤੁਸੀਂ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੇ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਗੱਲ ਇਹ ਹੈ ਕਿ ਸਰਗਰਮੀਆਂ ਇਹਨਾਂ ਨੇ ਅੱਜ ਤੋਂ 6-7 ਮਹੀਨੇ ਪਹਿਲਾਂ ਤੋਂ ਹੀ ਤੇਜ਼ ਕੀਤੀਆਂ ਹੋਈਆਂ ਸੀ ਔਰ ਆਖਰੀ 2-4 ਦਿਨਾਂ 'ਚ ਵੀ ਸਰਗਰਮੀਆਂ ਰਹੀਆਂ। ਕਾਂਗਰਸ ਵਾਲੇ ਰਾਜਸਥਾਨ ਦੇ ਵਿੱਚ ਨਵੇਂ ਜ਼ਿਲ੍ਹੇ ਬਣਾ ਰਹੇ ਸੀ ਅਤੇ ਮੱਧ ਪ੍ਰਦੇਸ਼ 'ਚ BJP ਵਾਲੇ ਨਵੇਂ ਜ਼ਿਲ੍ਹੇ ਬਣਾ ਰਹੇ ਸੀ ਅਤੇ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਇਸ ਵੇਲੇ ਜਦੋਂ ਇਲੈਕਸ਼ਨ ਬਿਲਕੁਲ ਨੇੜੇ ਆ ਗਿਆ ਹੈ ਉਦੋਂ ਤੁਸੀਂ ਇਹੋ ਜਿਹੀਆਂ ਘੋਸ਼ਣਾਵਾਂ ਕਿਉਂ ਕਰਦੇ ਪਏ ਹੋ? ਔਰ ਨੋਟਿਸ ਵੀ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ। ਪਰ ਇਹ ਪਰੰਪਰਾ ਕੋਈ ਨਵੀਂ ਨਹੀਂ, ਇਹ ਸ਼ੁਰੂ ਤੋਂ ਹੀ ਚੱਲਦੀ ਆ ਰਹੀ। ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਉਦੋਂ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਢੰਗ ਨਾਲ ਸਰਗਰਮੀਆਂ ਵੀ ਤੇਜ਼ ਕਰਦੀਆਂ ਹੈ, ਘੋਸ਼ਣਾਵਾਂ ਵੀ ਕਰਦੀਆਂ ਹੈ, ਵਾਅਦੇ ਵੀ ਕਰਦੀਆਂ ਨੇ। ਬਾਅਦ 'ਚ ਪੂਰੇ ਹੋਣ 'ਤੇ ਭਾਵੇਂ ਨਾ ਹੋਣ ਪਰ ਵਾਅਦੇ ਕਰਦੀਆਂ ਜ਼ਰੂਰ ਨੇ। ਔਰ ਇਹ ਜਿਹੜਾ ਹੁਣ ਸੈਮੀਫਾਈਨਲ ਅਤੇ ਫਾਈਨਲ ਹੈ ਨਾ, ਇਹ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਸੀ ਨਾ ਉਦੋਂ ਵੀ 2019 ਦੀ ਗੱਲ ਹੈ, 18 ਜੇ ਚੋਣਾਂ ਹੋਈਆਂ ਸੀ ਅਤੇ 19 'ਚ ਲੋਕ ਸਭਾ ਹੋਈਆਂ ਸੀ, ਉਦੋਂ ਵੀ ਇਹਨੂੰ ਦੱਸਦੇ ਸੀ ਕਿ ਇਹ ਸ਼ਾਇਦ ਜਿਹੜੀਆਂ ਪਹਿਲੀਆਂ ਇਹ 5 ਰਾਜਾਂ ਦੀਆਂ ਚੋਣਾਂ ਨੇ ਸੈਮੀਫਾਈਨਲ ਹੋਏਗਾ। ਪਰ ਹੋਇਆ ਕੀ ਸੀ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤਿੰਨਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ। ਹਾਲਾਂਕਿ ਬਾਅਦ ਦੇ ਵਿੱਚ ਮੱਧ ਪ੍ਰਦੇਸ਼ ਦੀ ਸਰਕਾਰ ਜਿਹੜੀ ਸੀ ਉਹ
ਤੋੜ ਲਈ ਬੀਜੇਪੀ ਨੇ ਕਾਂਗਰਸ ਦੀ ਥਾਂ ਬੀਜੇਪੀ ਨੂੰ ਆਪਣੀ ਬਣਾ ਲਈ, ਸਿੰਧੀਆ ਨੂੰ ਆਪਣੇ ਨਾਲ ਰਲਾ ਲਿਆ, ਪਰ ਰਿਜ਼ਲਟ ਕੀ ਆਏ ਸੀ? ਜਿਹੜੇ ਰਿਜ਼ਲਟ ਇਸ ਸੈਮੀ ਫਾਈਨਲ ਚ ਆਏ ਸੀ ਉਹ ਰਿਜ਼ਲਟ ਲੋਕ ਸਭਾ ਵੇਲੇ ਨਹੀਂ ਆਏ ਸੀਗੇ। ਲੋਕ ਸਭਾ ਦੇ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਬੀਜੇਪੀ ਨੇ ਮੋਦੀ ਸਾਹਿਬ ਦੇ ਨਾਂ ਤੇ ਹੁੰਝਾ ਫੇਰ ਦਿੱਤਾ ਸੀਗਾ, ਔਰ ਛੱਤੀਸਗੜ੍ਹ ਦੇ ਵਿੱਚ ਵੀ ਅੱਧੀਆਂ ਸੀਟਾਂ ਲੈ ਗਈ ਸੀ ਬੀਜੇਪੀ। ਇਸ ਕਰਕੇ ਮੈਨੂੰ ਹੁਣ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਜੋ ਪਿਛਲੀ ਵਾਰੀ ਰਿਜ਼ਲਟ ਆਏ ਸੀ ਉਹਦੇ ਹਿਸਾਬ ਨਾਲ ਉਹ ਸੈਮੀ ਫਾਈਨਲ ਇਹ ਹੋਏਗਾ ਕਿ ਨਹੀਂ ਹੋਏਗਾ, ਰਿਜ਼ਲਟ ਜਿਹੜੇ ਹੁਣ ਆਣਗੇ ਉਹ ਉਦੋਂ ਆਣਗੇ ਕਿ ਨਹੀਂ ਆਣਗੇ, ਇਹ ਅਜੇ ਬਾਅਦ ਚ ਦੇਖਿਆ ਜਾਏਗਾ, ਕਿਉਂਕਿ ਪਿਛਲੀ ਵਾਰੀ ਉਹ ਸੈਮੀ ਫਾਈਨਲ ਰਿਹਾ ਨਹੀਂ ਸੀ, ਉਦੋਂ ਰਿਜ਼ਲਟ ਹੋ ਰਹੇ ਸੀਗੇ, ਤਿੰਨਾਂ ਚਾਰਾਂ ਮਹੀਨਿਆਂ ਬਾਅਦ ਰਿਜ਼ਲਟ ਬਦਲ ਗਏ ਸੀ। ਪਰ ਇਸ ਵੇਲੇ ਪਰਿਸਥਿਤੀਆਂ ਉਹ ਵੀ ਨਹੀਂ ਲੱਗਦੀਆਂ ਪਈਆਂ, ਇਸ ਵੇਲੇ ਬੀਜੇਪੀ ਘਬਰਾਈ ਹੋਈ ਹੈ। ਬੀਜੇਪੀ ਜਿਸ ਤਰ੍ਹਾਂ ਨਾਲ ਟਿਕਟਾਂ ਦੇ ਰਹੀ ਹੈ ਆਪਣੇ MPs ਨੂੰ, ਸੈਂਟਰ ਦੇ ਮਿਨਿਸਟਰਸ ਨੂੰ, ਵਿਧਾਨ ਸਭਾ ਦੀਆਂ ਚੋਣਾਂ ਲੜਾਈਆਂ ਜਾ ਰਹੀਆਂ ਨੇ, ਜਿਨ੍ਹਾਂ ਨੇ ਟਿਕਟਾਂ ਮੰਗੀਆਂ ਵੀ ਨਹੀਂ ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਇਸ ਕਰਕੇ ਦੋ ਗੱਲਾਂ ਚੋਂ ਇੱਕ ਹੈ, ਜਾਂ ਤਾਂ ਬੀਜੇਪੀ ਘਬਰਾਈ ਹੋਈ ਹੈ ਤੇ ਜਾਂ ਬੀਜੇਪੀ ਬਹੁਤ ਗੰਭੀਰ ਹੈ ਕਿ ਅਸੀਂ ਇਹ ਸੈਮੀ ਫਾਈਨਲ ਵੀ ਐਤਕੀ ਜਿਹੜਾ ਹੈਗਾ ਉਹ ਅਸੀਂ ਜਿੱਤਣਾ ਹੈ। ਬਾਕੀ ਹੋਣਾ ਕੀ ਹੈ ਇਹ ਸਮਾਂ ਆਉਣ ਤੇ ਪਤਾ ਲੱਗੇਗਾ। ਜਿਹੜੇ ਸਰਵੇਖਣ ਆਉਂਦੇ ਪਏ ਨੇ ਉਹਨਾਂ ਚ ਵੀ ਇਸ ਵੇਲੇ ਕਾਂਗਰਸ ਨੂੰ ਅੱਗੇ ਦਿਖਾਇਆ ਜਾ ਰਿਹਾ ਹੈ, ਮੱਧ ਪ੍ਰਦੇਸ਼ ਦੇ ਵਿੱਚ ਵੀ ਤੇ ਛੱਤੀਸਗੜ੍ਹ ਦੇ ਵਿੱਚ ਵੀ, ਔਰ ਰਾਜਸਥਾਨ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜੇ ਤਾਂ ਵਿਜੇ ਰਾਜੇ ਸਿੰਧੀਆ ਨੂੰ ਮੈਨੇਜ ਕਰ ਲਿਆ, ਚਿਹਰਾ ਬਣਾ ਦਿੱਤਾ ਬੀਜੇਪੀ ਨੇ, ਫਿਰ ਤਾਂ ਬੀਜੇਪੀ ਉੱਥੇ ਜਿੱਤੇਗੀ, ਤੇ ਜੇ ਉਹਨੂੰ ਅੱਗੇ ਨਹੀਂ ਲਿਆਂਦਾ ਜਿਸ ਤਰ੍ਹਾਂ ਉਹਨੂੰ ਇਗਨੋਰ ਕੀਤਾ ਜਾ ਰਿਹਾ ਹੈ ਤੇ ਫਿਰ ਇਹ ਸੈਮੀ ਫਾਈਨਲ ਇਹ ਤਿੰਨੇ ਸਟੇਟਾਂ ਜਿਹੜੀਆਂ ਨੇ ਉਹ ਇੱਦਾਂ ਲੱਗਦਾ ਹੈ ਕਿ ਮੁਕਾਬਲਾ ਗਹਿ ਗੱਚ ਹੋਏਗਾ, ਪਰ ਕਾਂਗਰਸ ਦਾ ਜਿਹੜਾ ਹੱਥ ਹੈ ਉਹ ਛੱਤੀਸਗੜ੍ਹ ਤੇ MP ਦੇ ਵਿੱਚ ਤਾਂ ਅੱਗੇ ਹੈ ਹੀ ਹੈ, ਫਿਰ ਰਾਜਸਥਾਨ ਦੇ ਵਿੱਚ ਵੀ ਮੁਕਾਬਲਾ ਜਿਹੜਾ ਹੈ ਨੈਕ ਟੂ ਨੈਕ ਹੋਣ ਦੀ ਉਮੀਦ ਹੈ। ਬਾਕੀ ਜਿੱਥੋਂ ਤੱਕ ਤੇਲੰਗਾਨਾ ਤੇ ਮਿਜ਼ੋਰਮ ਦੀ ਗੱਲ ਹੈ ਉੱਥੇ ਬੀਜੇਪੀ ਨੇ ਨਾ ਬਹੁਤਾ ਜ਼ੋਰ ਲਾਉਣਾ ਹੈ, ਬੀਜੇਪੀ ਨੂੰ ਪਤਾ ਹੈ ਕਿ ਉੱਥੇ ਕਿਸੇ ਤਰ੍ਹਾਂ ਕਾਂਗਰਸ ਨੂੰ ਪਿੱਛੇ ਕਰ ਲਈਏ, ਇੰਡੀਆ ਨੂੰ ਪਿੱਛੇ ਕਰ ਲਈਏ, ਇਹ ਸਾਡੇ ਵਾਸਤੇ ਕਾਫੀ ਹੈ। ਬਾਕੀ ਹੌਲੀ ਹੌਲੀ ਫਿਰ ਕਰਦੇ ਰਹਾਂਗੇ। ਠੀਕ ਹੈ ਸ਼ਰਮਾ ਜੀ, ਸਿੱਧੂ ਸਾਹਿਬ ਜਿਹੜੀਆਂ ਸ਼ਰਮਾ ਜੀ ਨੇ ਇੱਕ ਓਵਰਆਲ ਅਨਾਲਿਸਿਸ ਕਰਕੇ ਦੱਸਿਆ, ਪਰ ਮੈਨੂੰ ਇਹ ਦੱਸੋ ਮੁੱਦਿਆਂ ਦੇ ਆਧਾਰ ਤੇ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਵਿੱਚ ਜਾਤੀ ਸਰਵੇਖਣ ਕੀਤਾ ਗਿਆ, ਉਸ ਸਰਵੇਖਣ ਨੂੰ ਲੈ ਕੇ ਇੰਡੀਆ ਨੇ ਲਗਭਗ ਜਿਹੜਾ ਹੈਗਾ ਸਾਰੀਆਂ ਹੀ ਪਾਰਟੀਆਂ ਉਸ ਦੇ ਉੱਤੇ ਗੱਲ ਕਰਨ ਲੱਗ ਪਈਆਂ ਨੇ। ਰਾਹੁਲ ਗਾਂਧੀ ਨੇ ਤਾਂ ਇਹ ਵੀ ਕਿਹਾ ਕਿ ਤੇ ਅਸੀਂ ਜਿੱਥੇ ਜਿੱਥੇ ਵੀ ਜਿੱਤਾਂਗੇ ਉਸੇ ਤਰੀਕੇ ਨਾਲ ਇਹ ਜਾਤੀ ਸਰਵੇਖਣ ਕਰਵਾਵਾਂਗੇ। ਤੇ ਇਹ ਜਿਹੜਾ ਜਾਤੀ ਸਰਵੇਖਣ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਧਰਮ ਦੇ ਆਧਾਰ ਤੇ ਰਾਜਨੀਤੀ ਹੈ ਉਹਦੇ ਵਿੱਚ ਜਿਹੜਾ ਟਕਰਾਉ ਪੈਦਾ ਹੋਣ ਵਾਲਾ ਹੈ ਉਸ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਹੋ? ਕਿ ਇਸ ਵੇਲੇ ਜੋ ਵਰਿੰਦਰ ਸ਼ਰਮਾ ਜੀ ਨੇ ਕਿਹਾ ਕਿ ਇਹ ਲੜਾਈ ਜਿਹੜੀ ਪੰਜਾਂ ਸਟੇਟਾਂ ਚ ਹੈ ਉਹ ਪਹਿਲਾਂ ਵਰਗੀਆਂ ਲੜਾਈਆਂ ਵਰਗੀ ਲੜਾਈ ਨਹੀਂ ਰਹੀ, ਇਹ ਚ ਕਈ ਧੁਰੇ ਜਿਹੜੇ ਨੇ ਖੜੇ ਹੋ ਗਏ ਨੇ। ਜਿਵੇਂ ਤੁਸੀਂ ਕਿਹਾ ਜਿਹੜਾ ਜਾਤੀ ਆਧਾਰਿਤ ਸਰਵੇਖਣ ਹੋਇਆ ਹੈ ਉਹਦੇ ਨਾਲ ਬੀਜੇਪੀ ਦੇ ਅੰਦਰ ਘਬਰਾਹਟ ਜ਼ਰੂਰ ਹੈਗੀ ਹੈ, ਉਹਦੇ ਕਾਰਨ ਕਈ ਨੇ, ਕਿਉਂਕਿ ਜਾਤੀ ਆਧਾਰਿਤ ਸਰਵੇਖਣ ਨਾਲ ਜਿਹੜੇ ਸਾਡੀਆਂ ਜਿਹਦੇ ਜਿਹੜਾ ਹੱਕ ਬਣਦਾ ਕਿਸੇ ਨਾ ਕਿਸੇ ਜਾਤੀ ਦਾ ਉਹ ਸਾਹਮਣੇ ਆ ਗਿਆ ਕਿ ਉਹ ਉਹਨਾਂ ਮਿਲ ਨਹੀਂ ਰਿਹਾ ਜਾਂ ਉਸ ਹਿਸਾਬ ਨਾਲ ਉਹਨਾਂ ਦਾ ਜਿਹੜਾ ਹੱਕ ਹੈ ਉਹ ਮਾਰਿਆ ਜਾ ਰਿਹਾ। ਇਹਦੇ ਨਾਲ ਵੱਖ ਵੱਖ ਜਿਹੜੀਆਂ ਜਾਤੀਆਂ ਨੇ ਉਹਨਾਂ ਤੇ ਪ੍ਰਭਾਵ ਜ਼ਰੂਰ ਪੈ ਰਿਹਾ ਹੈ, ਔਰ ਉਹ ਪ੍ਰਭਾਵ ਇਸ ਇਲੈਕਸ਼ਨ ਚ ਕਿੰਨਾ ਪਊਗਾ, ਅਗਲੀ ਇਲੈਕਸ਼ਨ ਚ ਕਿੰਨਾ ਪਊਗਾ, ਇਹ ਹਾਲੇ ਸਮੇਂ ਦੀ ਬੁੱਕਲ ਚ ਹੈ। ਕਿਉਂਕਿ ਜਿੰਨਾ ਜਾਤੀ ਸਰਵੇਖਣ ਜਿਹੜਾ ਕੀਤਾ ਗਿਆ ਹੈ ਉਸ ਜਾਤੀ ਸਰਵੇਖਣ ਨੂੰ ਥੱਲੇ ਤੱਕ ਜਿਹੜੀਆਂ ਜਾਤੀਆਂ ਉਹਨਾਂ ਜੁੜੀਆਂ ਹੋਈਆਂ ਉਹਨਾਂ ਜਾਤੀਆਂ ਨੂੰ ਸਮਝ ਆਊਗਾ, ਕਿਉਂਕਿ ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਹੈ ਗਰੀਬ ਜਨਤਾ ਜਿਹੜੀ ਹੈ ਉਹ ਓਨੀ ਪੜ੍ਹੀ ਲਿਖੀ ਜਾਂ ਓਨੀ ਸਿਆਣੀ ਜਾਂ ਸਮਝਦਾਰ ਨਹੀਂ ਹੈਗੀ ਕਿ ਉਹ ਇਸ ਗੱਲ ਦਾ ਨੂੰ ਤੋਲ ਨਾ ਤੋਲ ਸਕੇ ਕਿ ਉਹਨਾਂ ਨੂੰ ਜਾਤੀ ਸਰਵੇਖਣ ਦਾ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਹੈ। ਹਾਂ ਇਹ ਜ਼ਰੂਰ ਹੈ ਕਿ ਪੋਲੀਟੀਕਲ ਪਾਰਟੀਆਂ ਬਹੁਤ ਸਾਰੀਆਂ ਬਣ ਗਈਆਂ ਨੇ ਜਿਹੜੀਆਂ ਕੋਸ਼ਿਸ਼ ਕਰਨਗੀਆਂ ਕਿ ਇਸ ਜਾਤੀ ਸਰਵੇਖਣ ਨੂੰ ਥੱਲੇ ਤੱਕ ਪਹੁੰਚਾਇਆ ਜਾਵੇ, ਉਹਨਾਂ ਨੂੰ ਇਸ ਗੱਲ ਨੂੰ ਸਮਝਾਇਆ ਜਾਵੇ। ਜੇ ਇਹ ਗੱਲ ਸਮਝ ਚ ਆਉਂਦੀ ਹੈ
ਤਾਂ ਹੁਣ ਵਾਲੀ ਇਲੈਕਸ਼ਨ ਤੇ ਤਾਂ ਮੈਂ ਨਹੀਂ ਕਹਿ ਸਕਦਾ ਬਹੁਤਾ ਪ੍ਰਭਾਵ ਪਊਗਾ, ਲੇਕਿਨ 24 ਵਾਲੀ ਇਲੈਕਸ਼ਨ ਤੇ ਫਿਰ ਪ੍ਰਭਾਵ ਬਹੁਤ ਜ਼ਿਆਦਾ ਪਊਗਾ। ਬੀਜੇਪੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਔਰ ਬੀਜੇਪੀ ਇਸ ਗੱਲ ਨੂੰ ਟੈਕਲ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ, ਵੱਖਰੇ ਵੱਖਰੇ ਜਿਹੜੀਆਂ ਉਹ ਤਰਕ ਦਿੰਦੀ ਹੈ, ਕਦੇ ਕ੍ਰੀਮੀ ਲੇਅਰ ਦਾ ਤਰਕ ਦਿੰਦੀ ਹੈ, ਕਦੇ ਉਹ ਇਸ ਤਰਕ ਨੂੰ ਇਸ ਨੂੰ ਤਰਕ ਦਿੰਦੀ ਹੈ ਕਿ ਦੇਖੋ ਗਰੀਬ ਜਿਹੜੇ ਲੋਕ ਨੇ ਉਹ ਤਾਂ ਸਾਰੇ ਬਰਾਬਰ ਨੇ, ਉੱਥੇ ਜਾਤੀ ਦਾ ਕੋਈ ਆਧਾਰ ਨਹੀਂ ਹੋਣਾ ਚਾਹੀਦਾ, ਇਹ ਵੱਖਰੀ ਗੱਲ ਹੈ। ਲੇਕਿਨ ਉਸ ਬੀਜੇਪੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਪਿਛਲੇ 2000 ਸਾਲਾਂ ਤੋਂ ਵੀ ਵੱਧ ਜਿਹੜੀਆਂ ਕੁਛ ਜਾਤੀਆਂ ਨੇ ਉਹਨਾਂ ਨੂੰ ਦਬਾਇਆ ਗਿਆ, ਉਹਨਾਂ ਦੇ ਉੱਤੇ ਜ਼ੁਲਮ ਕੀਤੇ ਗਏ, ਉਹਨਾਂ ਦੇ ਪ੍ਰਤੀ ਜਿਹੜੀ ਘਿਰਣਾ ਜਿਹੜੀ ਹੈ ਉਹ ਉੱਚ ਜਾਤੀਆਂ ਦੀ ਜਿਹੜੀ ਘਿਰਣਾ ਉਹ ਅੱਜ ਵੀ ਦਿਖਾਈ ਦਿੰਦੀ ਹੈ ਕਿਤੇ ਨਾ ਕਿਤੇ, ਚਾਹੇ ਉਹ ਯੂਪੀ ਦੇ ਵਿੱਚ ਬਰਾਤ ਨਾ ਚੜ੍ਹਨ ਦੇਣੀ, ਚਾਹੇ ਉਹ ਕਿਸੇ ਖੂਹ ਤੋਂ ਪਾਣੀ ਪੀਣ ਨਾ ਦੇਣਾ, ਚਾਹੇ ਕਿਸੇ ਮੰਦਿਰ ਦੇ ਵਿੱਚ ਦਾਖਲਾ, ਇੱਥੋਂ ਤੱਕ ਕਿ ਸਾਡੇ ਰਾਸ਼ਟਰਪਤੀ ਸਾਹਿਬ ਜਿਹੜੇ ਨੇ ਉਹਨਾਂ ਦੇ ਦਾਖਲੇ ਤੇ ਵੀ ਕਈ ਤਰ੍ਹਾਂ ਦੀਆਂ ਕਿੰਤੂ ਪਰੰਤੂ ਉੱਠੇ ਨੇ। ਪਰ ਮੈਂ ਜਿਹੜੀ ਗੱਲ ਕਰਨੀ ਜਾ ਰਿਹਾ ਇਸ ਵੇਲੇ ਖਾਸ ਕਰਕੇ ਬੀਜੇਪੀ ਜਿਹੜੀ ਆਪਣੇ ਆਪ ਚ ਕਾਫੀ ਉਲਝੀ ਹੋਈ ਹੈ, ਕਿਉਂਕਿ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ, ਜਿਹੜੀ ਮੈਂ ਕਹੂੰਗਾ ਕਿ ਟੂ ਮੈਨ ਆਰਮੀ ਜਿਹੜੀ ਹੈ ਉਹ ਜਿਹੜੀ ਹੈ ਉਹ ਉਲਝਣ ਚ ਹੈ। ਉਹਨਾਂ ਦੀ ਉਲਝਣ ਇਹ ਹੈ, ਉਹ ਇਹ ਗੱਲ ਚਾਹੁੰਦੇ ਨੇ ਕਿ ਜਿਹੜੀ ਥੱਲੜੇ ਪਾਸੇ ਲੀਡਰਸ਼ਿਪ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ, ਜਿਹੜੀ ਲੀਡਰਸ਼ਿਪ ਦਾ ਕੱਦ ਵੱਡਾ ਹੈ ਉਹਦਾ ਕੱਦ ਕਿਵੇਂ ਘਟਾਇਆ ਜਾਵੇ, ਉਹ ਇਸ ਉਲਝਣ ਚ ਨੇ। ਚਾਹੇ ਉਹ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਜਿਹਨੂੰ ਮਾਮਾ ਜੀ ਕਹਿ ਕੇ ਉਹਨਾਂ ਨੂੰ ਪਾਸੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕੱਦ ਨੂੰ ਕਿਸੇ ਤਰੀਕੇ ਘੱਟ ਕੀਤਾ ਜਾਵੇ ਮੱਧ ਪ੍ਰਦੇਸ਼ ਦੇ ਵਿੱਚੋਂ, ਚਾਹੇ ਰਾਜਸਥਾਨ ਦੇ ਵਿੱਚ ਵਿਜੇ ਰਾਜ ਸਿੰਧੀਆ ਨੂੰ ਵੀ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੱਦ ਨੂੰ ਵੀ ਘਟਾਇਆ ਜਾਵੇ, ਕਿਉਂਕਿ ਦੋਨੋਂ ਕੱਦਾਵਰ ਲੀਡਰ ਜਿਹੜੇ ਨੇ ਇਹ ਦੋਨਾਂ ਉੱਪਰਲੇ ਦੋ ਬੰਦਿਆਂ ਨੂੰ ਮਨਜ਼ੂਰ ਨਹੀਂ ਹਨ। ਪਿਛਲੇ ਕਾਫੀ ਸਮੇਂ ਤੋਂ ਇਹ ਟਸਲ ਚੱਲ ਰਹੀ ਹੈ ਔਰ ਉਹਦੇ ਵਿੱਚ ਬੀਜੇਪੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਆਪਣੀ ਜਾਰੀ ਰਹੂਗੀ। ਆਪਣਾ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਲੈਂਦੇ ਇੱਕ ਬ੍ਰੇਕ। ਸਿੱਧੂ ਸਾਹਿਬ ਦੱਸ ਰਹੇ ਸੀਗੇ ਕਿ ਮੱਧ ਪ੍ਰਦੇਸ਼ ਦੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਵੱਡੇ ਪ੍ਰਮੁੱਖ ਚਿਹਰੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਰੀਪਲੇਸ ਕਰਨਾ ਚਾਹੁੰਦੀ ਹੈ। ਸਿੱਧੂ ਸਾਹਿਬ ਤੁਸੀਂ ਜੋ ਕੁਛ ਦੱਸ ਰਹੇ ਸੀਗੇ ਉਸ ਨੂੰ ਜਾਰੀ ਕਰੋ ਜ਼ਰਾ। ਗੱਲ ਇਸ ਤਰ੍ਹਾਂ, ਮੈਂ ਜਿਹੜੀ ਗੱਲ ਕਰਨਾ ਕਿ ਬੀਜੇਪੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ, ਜਿਹੜੀ ਮੈਂ ਦੋ ਬੰਦਿਆਂ ਦੀ ਲੀਡਰਸ਼ਿਪ ਹੈ, ਬਹੁਤ ਇਹਦਾ ਉਹ 'ਚ ਲੀਡਰਸ਼ਿਪ 'ਚ ਹੈ ਹੀ ਨਹੀਂ ਬੰਦੇ, ਉਹ ਦੋਨੋਂ ਬੰਦਿਆਂ ਨੂੰ ਜਿਹੜੇ ਖਾਸ ਕਰਕੇ ਉਹਨਾਂ ਨੂੰ ਇੱਕ ਗੱਲ ਦਾ ਬੜਾ ਕਲੀਅਰ ਕੱਟ ਪਤਾ ਹੈ ਵੀ ਮੱਧ ਪ੍ਰਦੇਸ਼ ਦੇ ਵਿੱਚ 17 ਸਾਲ ਦੀ ਐਂਟੀ ਇਨਕੰਬੈਂਸੀ ਹੈ। ਉੱਥੇ ਜਿੱਤਣਾ ਜਾਂ ਸਰਕਾਰ ਬਣਾਉਣੀ ਐਡੀ ਸੌਖੀ ਗੱਲ ਨਹੀਂ ਹੈਗੀ, ਇਸ ਕਰਕੇ ਉਹਨਾਂ ਨੇ ਆਪਣੀ ਸਟ੍ਰੈਟਜੀ ਨੂੰ ਬਿਲਕੁਲ ਪ੍ਰਮੁੱਖ ਰੂਪ ਦਿੱਤਾ ਕਿ ਇੱਥੇ ਪਹਿਲਾਂ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਪਾਸੇ ਕਰ ਦਿਓ, ਸਟੇਟ ਤਾਂ ਅਸੀਂ ਜਿੱਤ ਨਹੀਂ ਸਕਦੇ ਜਾਂ ਸਾਨੂੰ ਸਟੇਟ ਜਿੱਤਣੀ ਕਾਫੀ ਔਖੀ ਹੈ, ਉਹਨਾਂ ਨੇ ਇਸ ਗੱਲ ਨੂੰ ਕਲੀਅਰ ਕਰ ਲਿਆ। ਰਾਜਸਥਾਨ ਦੇ ਵਿੱਚ ਵੀ ਉਹਨਾਂ ਨੂੰ ਇਹ ਸੀਗਾ ਵੀ ਇੱਥੇ ਐਂਟੀ ਇਨਕੰਬੈਂਸੀ ਹੈਗੀ ਹੈ ਕਾਂਗਰਸ ਦੇ ਖਿਲਾਫ, ਇਹਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਕਿ ਐਂਟੀ ਇਨਕੰਬੈਂਸੀ ਦਾ ਫਾਇਦਾ ਉਠਾਉਂਦੇ ਹੋਏ ਸਾਡੀ ਸਰਕਾਰ ਇੱਥੇ ਬਣ ਸਕਦੀ ਹੈ ਔਰ ਉਹਨਾਂ ਨੂੰ ਉਮੀਦ ਵੀ ਹੈਗੀ ਇੱਥੇ ਸਰਕਾਰ ਬਣਨ ਦੇ, ਕਈ ਚਾਂਸਸ ਵੀ ਹੈਗੇ, ਮੈਂ ਨਹੀਂ ਕਹਿੰਦਾ ਨਹੀਂ, ਚਾਂਸਸ ਵੀ ਹੈਗੇ। ਸੋ ਇਸ ਆੜ ਚ ਉਹ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹਨੂੰ ਪਾਸੇ ਕਰਨਾ ਚਾਹੁੰਦੇ ਨੇ ਕਿ ਸਾਡੀ ਜੇ ਸਰਕਾਰ ਬਣ ਜਾਂਦੀ ਹੈ ਤਾਂ ਘੱਟੋ ਘੱਟ ਜਿਹੜੇ ਸਾਡੇ ਦੋ ਵੱਡੇ ਦਿੱਗਜ ਲੀਡਰ ਨੇ ਜਿਹੜੇ ਸਾਨੂੰ ਸੈਂਟਰ ਦੇ ਵਿੱਚ ਥੋੜਾ ਬੜਾ ਅੱਖਾਂ ਕੱਢਦੇ ਨੇ ਉਹਨਾਂ ਨੂੰ ਪਾਸੇ ਕਰਤਾ ਜਾਊਗਾ। ਤੀਸਰੀ ਜਿਹੜੀ ਹੈਗੀ ਹੈ ਐਂਟੀ ਇਨਕੰਬੈਂਸੀ ਜਿਹੜੀ ਹੈਗੀ ਹੈ ਛੱਤੀਸਗੜ੍ਹ ਵਿੱਚ, ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਹੈ, ਉੱਥੇ ਵੀ ਐਂਟੀ ਇਨਕੰਬੈਂਸੀ ਦਾ ਪ੍ਰਭਾਵ ਹੈਗਾ, ਉਸ ਪ੍ਰਭਾਵ ਦਾ ਵੀ ਜਿਹੜੇ ਬੀਜੇਪੀ ਨੂੰ ਪਤਾ ਹੈ ਕਿ ਅਸੀਂ ਫਾਇਦਾ ਲੈ ਸਕਦੇ ਹਾਂ। ਮੈਂ ਸਰਵੇ ਦੇਖ ਰਿਹਾ ਸੀ, ਵੱਖਰੇ ਵੱਖਰੇ ਸਰਵੇ ਦੇਖ ਰਿਹਾ ਸੀ, ਉੱਥੇ ਜਿਹੜੀ ਕਾਂਗਰਸ ਹੈ ਭਾਵੇਂ ਇਸ ਵੇਲੇ ਅੱਜ ਤੇ ਦਿਸ ਰਹੀ ਹੈ ਕਿ ਉਹ ਜਿੱਤਣ ਵਾਲੇ ਪਾਸੇ ਨੂੰ ਜਾ ਰਿਹਾ ਹੈ, ਲੇਕਿਨ ਬੜਾ ਮਾਰਜਨ ਘੱਟ ਹੈ, ਬੜੀ ਕਾਂਡੇ ਦੀ ਟੱਕਰ ਹੈ ਉੱਥੇ, ਉੱਥੇ 2 ਜਾਂ 4 ਸੀਟਾਂ ਜਾਂ 5 ਸੀਟਾਂ ਦੇ ਫਰਕ ਨਾਲ ਹੀ ਦਿਖਾਇਆ ਜਾ ਰਿਹਾ ਹੈ। ਬਾਕੀ ਰਿਜ਼ਲਟ ਜਦੋਂ ਆਉਣਗੇ ਉਦੋਂ ਪਤਾ ਲੱਗੂਗਾ ਕਿ ਜਨਤਾ ਦਾ ਮੂਡ ਕੀ ਸੀ। ਦੂਜੀਆਂ ਜਿਹੜੀਆਂ 2 ਸਟੇਟਾਂ ਨੇ ਉੱਥੇ ਬੀਜੇਪੀ ਦਾ ਸਿਰਫ ਇੰਨਾ ਹੀ ਜ਼ੋਰ ਹੈ ਕਿ ਅੱਗੇ ਨਾਲੋਂ 1 ਜਾਂ 2 ਸੀਟਾਂ ਜਾਂ 4 ਸੀਟਾਂ ਵਧਾ ਲਈਆਂ ਜਾਣ, ਉਸ ਤੋਂ ਵੱਧ ਉਹਨਾਂ ਦਾ ਜ਼ੋਰ ਉੱਥੇ ਨਹੀਂ ਲੱਗ ਰਿਹਾ, ਕਿਉਂਕਿ ਦੋਨਾਂ ਜਗ੍ਹਾ ਤੇ
ਜਿਹੜੀਆਂ ਉੱਥੋਂ ਦੀਆਂ ਸਟੇਟ ਦੀਆਂ ਜਿਹੜੀਆਂ ਲੋਕਲ ਪਾਰਟੀਆਂ ਨੇ ਉਹਨਾਂ ਦਾ ਜ਼ੋਰ ਜ਼ਿਆਦਾ ਹੈ ਇਹ ਸਵਾਏ ਇਸ ਗੱਲ ਤੋਂ ਕਿ ਤੇਲੰਗਾਨਾ ਦੇ ਵਿੱਚ ਕਾਂਗਰਸ ਜਿਹੜੀ ਹੈ ਅੱਗੇ ਨਾਲੋਂ ਥੋੜ੍ਹੀ ਜਿਹੀ ਵੱਧਦੀ ਨਜ਼ਰ ਆ ਰਹੀ ਹੈ ਉਹਦਾ ਪ੍ਰਭਾਵ ਹੈਗਾ ਕਈ ਗੱਲਾਂ ਦੇ ਹੈ ਕਿਉਂਕਿ ਉੱਥੇ ਐਂਟੀ ਇਨਕੰਬੈਂਸੀ ਉਸ ਗਵਰਨਮੈਂਟ ਦੇ ਖਿਲਾਫ ਹੈਗੀ ਹੈ ਜਿਹੜੀ ਗਵਰਨਮੈਂਟ ਇਸ ਵੇਲੇ ਪਾਵਰ 'ਚ ਹੈ ਠੀਕ ਹੈ ਹਾਂ ਸਿੱਧੂ ਤੁਸੀਂ ਜਿਹੜੇ ਸਵਾਲ ਖੜੇ ਕੀਤੇ ਨੇ ਜਾਂ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਬਾਰੇ ਦੱਸਿਆ ਸੰਜੇ ਕਪੂਰ ਜੀ ਜਿਵੇਂ ਤੁਸੀਂ ਦੋਨੇ ਵਰਿੰਦਰ ਸ਼ਰਮਾ ਜੀ ਤੇ ਸਿੱਧੂ ਸਾਹਿਬ ਦੀ ਗੱਲਬਾਤ ਸੁਣੀ ਹੈ ਤੇ ਤੁਸੀਂ ਇਹਨਾਂ ਚੋਣਾਂ ਨੂੰ ਕਿਸ ਚੁਣੌਤੀ ਦੇ ਵਾਂਗ ਦੇਖ ਰਹੇ ਹੋ ਜੀ ਮੈਂ ਵਰਿੰਦਰ ਸ਼ਰਮਾ ਜੀ ਦੀ ਵੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਬਈ ਜਿਹੜਾ ਅਸੈਂਬਲੀ ਇਲੈਕਸ਼ਨ ਹੈ ਪੰਜ ਸਟੇਟਾਂ ਦੇ ਵਿੱਚ ਹੋਣ ਜਾ ਰਿਹਾ ਇੱਕ ਸੈਮੀ ਫਾਈਨਲ ਦੀ ਤਰ੍ਹਾਂ ਦੇਖਣਾ ਚਾਹੀਦਾ ਹੈਗਾ ਮੈਂ ਗੱਲ ਯਾਦ ਕਰਾਉਣਾ ਚਾਹੁੰਦਾ ਵਾਂ ਕਿ ਵੀ 2018 ਦੇ ਵਿੱਚ ਜਦੋਂ ਅਸੈਂਬਲੀ ਇਲੈਕਸ਼ਨ ਪੰਜ ਸਟੇਟਾਂ ਦੇ ਵਿੱਚ ਹੋਏ ਸੀ ਉਸ ਟਾਈਮ ਕਾਂਗਰਸ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਤਿੰਨ ਸਟੇਟਾਂ ਦੇ ਵੀ ਸਰਕਾਰ ਬਣਾਈ ਸੀ ਕਾਂਗਰਸ ਨੇ ਪਰ ਜਦੋਂ ਅਗਲੇ ਸਾਲ 2019 ਚ ਐਮਪੀ ਦੇ ਇਲੈਕਸ਼ਨ ਹੋਏ ਤੇ ਰਾਜਸਥਾਨ ਦੇ ਵਿੱਚ 25 ਤੋਂ 25 ਸੀਟਾਂ ਐਮਪੀ ਦੀਆਂ ਬੀਜੇਪੀ ਲੈ ਗਈ ਮੱਧ ਪ੍ਰਦੇਸ਼ ਚੋਂ 29 ਚੋਂ 8 ਸੀਟ 28 ਸੀਟਾਂ ਬੀਜੇਪੀ ਦੇ ਖਾਤੇ ਦੇ ਵਿੱਚ ਗਈਆਂ ਔਰ ਛੱਤੀਸਗੜ੍ਹ ਦੀਆਂ ਅੱਧੀਆਂ ਤੋਂ ਵੀ ਵੱਧ ਸੀਟਾਂ ਬੀਜੇਪੀ ਨੇ ਜਿੱਤੀਆਂ ਸੋ ਜਿਹੜਾ ਅਸੈਂਬਲੀ ਇਲੈਕਸ਼ਨ ਹੈਗਾ ਵੈ ਔਰ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੈ ਲੋਕ ਉਹਨੂੰ ਡਿਫਰੈਂਟ ਡਿਫਰੈਂਟ ਨਜ਼ਰੀਏ ਦੇ ਨਾਲ ਦੇਖਦੇ ਹੈਗੇ ਹੈ ਅਸੈਂਬਲੀ ਇਲੈਕਸ਼ਨ ਔਰ ਸਟੇਟ ਦੀ ਗਵਰਨਮੈਂਟ ਨੂੰ ਚੁਣਨ ਵਾਸਤੇ ਕਰਦੇ ਹੈਗੇ ਆ ਔਰ ਸੈਂਟਰ ਦੇ ਵਿੱਚ ਉਹਨਾਂ ਨੂੰ ਦਿਖਦਾ ਹੈਗਾ ਕਿ ਸੈਂਟਰ ਨੂੰ ਦੇਸ਼ ਨੂੰ ਚਲਾਉਣ ਵਾਸਤੇ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ ਔਰ ਅੱਜ ਨਰਿੰਦਰ ਮੋਦੀ ਜੀ ਇੱਕ ਐਸੇ ਚਿਹਰੇ ਵਾਕਨ ਸੈਂਟਰ ਦੇ ਵਿੱਚ ਉਭਰੇ ਹੈ ਜਿਨ੍ਹਾਂ ਨੇ ਦੇਸ਼ ਦੀ ਇੱਕ ਛਵੀ ਡਿਫਰੈਂਟ ਤਰ੍ਹਾਂ ਦੀ ਬਣਾਈ ਹੈ ਅੱਜ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਪ੍ਰਤੀ ਬਹੁਤ ਜਾਗਿਆ ਹੋਇਆ ਹੈ ਲੋਕੀ ਸਮਝਦੇ ਆ ਕਿ ਐਡਾ ਮਜ਼ਬੂਤ ਲੀਡਰ ਇੰਨੇ ਸਾਲਾਂ ਦੇ ਵਿੱਚ ਦੇਸ਼ ਨੇ ਨਹੀਂ ਦੇਖਿਆ ਅੱਜ ਓਪੋਜੀਸ਼ਨ ਪਾਰਟੀਆਂ ਕੋਲ ਕੋਈ ਵੀ ਇੱਕ ਮਜ਼ਬੂਤ ਚਿਹਰਾ ਨਹੀਂ ਹੈਗਾ ਜਿਹੜਾ ਉਹ ਮੋਦੀ ਜੀ ਦੇ ਸਾਹਮਣੇ ਖੜਾ ਕਰ ਸਕਣ ਸੋ ਮੈਂ ਸਮਝਦਾ ਕਿ ਇਹ ਦੋਨੋਂ ਇਲੈਕਸ਼ਨ ਨੂੰ ਬਿਲਕੁਲ ਡਿਫਰੈਂਟ ਤਰੀਕੇ ਦੇਖਣਾ ਚਾਹੀਦਾ ਹੈ ਅੱਜ ਅਸੈਂਬਲੀ ਇਲੈਕਸ਼ਨ ਹੈਗੀ ਹੈ ਉਹਦੇ ਰਿਜ਼ਲਟਸ ਸਟੇਟ ਜਿਹੜੀ ਸਟੇਟ ਗਵਰਨਮੈਂਟ ਹੈਗੀ ਹੈ ਉਹਦੀ ਪਰਫਾਰਮੈਂਸ ਤੇ ਜਾਣਗੇ ਔਰ ਜਦੋਂ ਕੇਂਦਰ ਦੇ ਇਲੈਕਸ਼ਨ ਆਉਣਗੇ ਲੋਕ ਸਭਾ ਦੇ ਇਲੈਕਸ਼ਨ ਆਉਣਗੇ ਉਦੋਂ ਨਰਿੰਦਰ ਮੋਦੀ ਜੀ ਦੇ ਚਿਹਰੇ ਤੇ ਵੋਟਾਂ ਪੈਣਗੀਆਂ ਉਦੋਂ ਉਹਦਾ ਨਜ਼ਰੀਆ ਲੋਕਾਂ ਦਾ ਕੁਛ ਔਰ ਹੋਏਗਾ ਲੋਕ ਅੱਜ ਦੀ ਡੇਟ ਚ ਬੜੇ ਸਮਝਦਾਰ ਹੋ ਚੁੱਕੇ ਹੈ ਦਰਸ਼ਕ ਜੀ ਉਹ ਸਮਝਦੇ ਹੈਗੀ ਹੈ ਕਿ ਦੇਸ਼ ਨੂੰ ਚਲਾਉਣ ਲਈ ਸਾਨੂੰ ਕਿਹੜਾ ਲੀਡਰ ਚਾਹੀਦਾ ਹੈ ਔਰ ਪ੍ਰਦੇਸ਼ ਨੂੰ ਚਲਾਉਣ ਲਈ ਕਿਹੜਾ ਲੀਡਰ ਚਾਹੀਦਾ ਹੈਗਾ ਹੁਣ ਆਪਾਂ ਪੰਜ ਸਟੇਟਾਂ ਦੇ ਇਲੈਕਸ਼ਨ ਦੀ ਗੱਲ ਕਰ ਲੈਂਦੇ ਹਾਂ ਜਿੱਥੋਂ ਤੱਕ ਇਹ ਸਵਾਲ ਹੈ ਰਾਜਸਥਾਨ ਦਾ ਪਿਛਲੀ ਵਾਰੀ ਕਾਂਗਰਸ ਨੇ ਸਰਕਾਰ ਬਣਾਈ ਕਾਂਗਰਸ ਦੇ ਪਿਛਲੀ ਵਾਰੀ ਤੁਸੀਂ ਇਹ ਲਗਾਓ ਕਿ 39.30% ਵੋਟ ਪਏ ਸੀ ਕਾਂਗਰਸ ਨੂੰ ਔਰ ਲਗਭਗ 100 ਦੇ ਕਰੀਬ ਸੀਟ ਆਈ ਸੀ ਉੱਥੇ ਜਿਹੜੀ ਵੋਟਿੰਗ ਪਰਸੈਂਟੇਜ ਹੈ ਸਾਨੂੰ ਪਿਆ ਸੀ 38.77% ਵੋਟ ਹਾਰਡਲੀ ਕੋਈ ਅੱਧਾ ਪਰਸੈਂਟ ਵੋਟ ਦੇ ਫਰਕ ਦੇ ਨਾਲ ਇੰਨੀ ਸੀਟਾਂ ਦਾ ਫਰਕ ਪੈ ਗਿਆ ਹੈ ਔਰ ਜਿਹੜੀ ਰਾਜਸਥਾਨ ਦਾ ਪਿਛਲੇ ਕਾਫੀ ਸਾਲਾਂ ਦਾ ਇਤਿਹਾਸ ਚੁੱਕ ਕੇ ਦੇਖ ਲਓ ਤੁਸੀਂ ਦੇਖੋਗੇ ਕਿ ਲੋਕੀ ਹਰ 5 ਸਾਲ ਬਾਅਦ ਸਰਕਾਰ ਨੂੰ ਬਦਲ ਦਿੰਦੇ ਹੈ ਅੱਜ ਜਿਹੜੀ ਰਾਜਸਥਾਨ ਦੀ ਗਹਿਲੋਤ ਸਰਕਾਰ ਹੈ ਉਹ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੈ ਐਂਟੀ ਇਨਕੰਬੈਂਸੀ ਫੈਕਟਰ ਬੜਾ ਜ਼ਬਰਦਸਤ ਗਹਿਲੋਤ ਸਰਕਾਰ ਦੇ ਖਿਲਾਫ ਹੈ ਸਚਿਨ ਪਾਇਲਟ ਡਿਫਰੈਂਟ ਡਾਇਰੈਕਸ਼ਨ ਵੱਲ ਜਾ ਰਹੇ ਹੈ ਔਰ ਗਹਿਲੋਤ ਸਾਹਿਬ ਦੀ ਡਾਇਰੈਕਸ਼ਨ ਦੂਜੇ ਪਾਸੇ ਹੀ ਹੈ ਦੋਨਾਂ ਦਾ ਝਗੜਾ ਜਗ ਜਾਹਿਰ ਹੈਗਾ ਵੈ ਔਰ ਸਭ ਨੂੰ ਪਤਾ ਹੈਗਾ ਵੈ ਕਿ ਦੋਨੋਂ ਵੱਡੇ ਲੀਡਰਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਦੂਸਰਾ ਫੈਕਟਰ ਜਿਹੜਾ ਹੈਗਾ ਉਹ ਲਾਅ ਐਂਡ ਆਰਡਰ ਅੱਜ ਦੀ ਡੇਟ ਚ ਰਾਜਸਥਾਨ ਚ ਇੰਨਾ ਖਰਾਬ ਹੈ ਔਰ ਖਾਸ ਤੌਰ ਤੇ ਜਿਹੜਾ ਔਰਤਾਂ ਦੇ ਖਿਲਾਫ ਕ੍ਰਾਈਮ ਹੈਗੀ ਹੈ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧੇ ਹੈਗੀ ਹੈ ਔਰਤਾਂ ਦੇ ਖਿਲਾਫ ਇਹ ਚੀਜ਼ਾਂ ਗਹਿਲੋਤ ਸਰਕਾਰ ਦੇ ਖਿਲਾਫ ਜਾਣਗੀਆਂ ਔਰ ਫਿਰ ਤੁਹਾਨੂੰ ਦੱਸ ਦੇਣਾ ਕਿ ਗਹਿਲੋਤ ਸਰਕਾਰ ਦੇ ਟਾਈਮ ਤੇ ਕਰੌਲੀ ਜੋਧਪੁਰ ਭੀਲਵਾੜਾ ਵਿੱਚ ਰੋਇਟ ਹੋਏ ਉਹ ਰੋਇਟ ਦਾ ਅੱਜ ਤੱਕ ਐਕਸਪਲੇਨ ਨਹੀਂ ਕਰ ਪਾਏ ਕਿ ਇਹ 5 ਸਾਲਾਂ ਦੇ ਇਹਨਾਂ ਨੇ 3 ਰੋਇਟ ਕਰਵਾ ਦਿੱਤੇ ਫਿਰ ਉਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਇੱਕ ਟੇਲਰ ਹੈਗਾ ਸੀ ਕਨਈਆ ਲਾਲ ਉਹ ਮੁੱਦਾ ਬੜਾ ਜ਼ਬਰਦਸਤ ਬਣਿਆ ਸੀ ਉਹਨੇ ਕੋਈ ਇਸਲਾਮ ਬਾਰੇ ਕੋਈ ਸ਼ਬਦ ਬੋਲੇ ਸੀ ਜਿਹਦਾ ਦਿਨ ਦਿਹਾੜੇ ਬੜਾ ਮਤਲਬ ਕਿ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਔਰ ਕਦੇ ਵੀ ਗਹਿਲੋਤ ਸਰਕਾਰ ਨੇ ਉਹਦੇ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਸਹੀ ਤਰੀਕੇ ਸਜ਼ਾ ਨਹੀਂ ਦਵਾ ਪਾਏ ਸੋ ਅਲਵਰ ਦੇ ਵਿੱਚ ਇਹਨਾਂ ਨੇ ਇੱਕ ਟੈਂਪਲ ਗਿਰਾ ਦਿੱਤਾ ਸੀ ਉਹ ਬੜੇ ਮੁੱਦੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਰਾਜਸਥਾਨ ਦੇ ਵਿੱਚ ਇਸ ਟਾਈਮ ਮੁੱਦਿਆਂ ਦੀ ਮਰਮਾਰ ਹੈਗੀ ਹੈ ਔਰ ਜਿੱਥੋਂ ਤੱਕ ਮੇਰੇ ਸਾਥੀ ਸਤਪਾਲ ਜੀ ਨੇ ਸਿੱਧੂ ਸਾਹਿਬ ਨੇ ਕਿਹਾ ਹੈਗਾ ਵੈ ਕਿ ਬਈ ਚਿਹਰਿਆਂ ਨੂੰ ਬਦਲਣ ਦੀ ਕਵਾਇਦ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬੀਜੇਪੀ
एक बड़ी डिसिप्लिन एंड कैडर वाली पार्टी है, जो साड़ी पार्टी निर्णय कर लेंदी है ना और साड़े सारे लीडर उन्हें फॉलो कर दे ही है। साड़े इत्थे अपने आप नूं लीडर लीडर नहीं मानते, लीडर अपने आप नूं एक कार्यकर्ता ही मानता हैगा वे। और जो साड़ी हाई कमांड जो भी डिसीजन ले लवे, जिन्हें भी लीडर है अखा बंद करके उन्हें फॉलो कर दे ही है। छोटी मोटी गल्लां ते देखो हमेशा पार्टियां दे विच चल रही रहती है, बट कभी तुहानू बीजेपी दे विच कभी कोई मेजर रिवोल्ट इन्ने सालां च ना तुसी कभी देखिया है और ना ही कभी नजर आएगा। जिथों तक मध्य प्रदेश की तुसी गल कीती है कि मध्य प्रदेश कई वड्डे चेहरे उतार दिते, यह भारतीय जनता पार्टी की एक स्ट्रैटेजी है। उस स्ट्रैटेजी के आधार से जिस तरीका से आप सर्वे करवाए है मध्य प्रदेश के, सानू महसूस होया कि सानू वड्डे चेहरे उतारन दे नाल एक एमपी नू अगर आप असेंबली की सीट से उतारने पे हैं उसके नाल नाल दिया सात आठ असेंबली सीटा से इफेक्ट पैंदा आ जाए, क्योंकि एमपी चुन के उयो एरिए दे लोकां ने उन्हूं उत्थे भेजिया सेंटर दे विच। अज वो असेंबली की एक सीट लड़ेगा ना उयो एमपी ते नाल दिया सात सीटा से भी उहदा प्रभाव रहेगा। तो पार्टी ने बड़े सोच समझ के बड़ा विचार करके जड़े सीनियर एमपी है या सीनियर लीडर है या जड़े साढ़े जनरल सैकटरी गए सी नैशनल लैवल से या ऑफिस बेरर से, उन्होंने मध्य प्रदेश के राजस्थान के इलेक्शन के उतारिया है वह। और यह पार्टी की स्ट्रैटेजी का बहुत बड़ा पार्ट है। हूँ गल कर लेने छत्तीसगढ़ की। छत्तीसगढ़ के देखो कि रमन भूपेश बघेल जी की सरकार 2000 करोड़ रुपए के लिकर स्कैम के भी फसी हुई है और कांग्रेस के ही एक डिप्टी स्पीकर है जिनका नाम और लिकर स्कैम के विच आ रहा है, जिन्हें कारण सरकार की बदनामी बहुत ज्यादा है। इस समय एक ब्रेक का समा हो रहा है। ब्रेक तो पहला असी अपने दर्शकों नूं दस दिए कि इसका तीजा भाग 9:30 के उत्ते दिखाया जाता है, तो नाल नाल ये बाकी के जिहड़े हुण भाग चल चुके ने यह भी नाल नाल चलणगे। तो नाल नाल यह भी दस दिए कि यूट्यूब से फेसबुक से यह प्रोग्राम लगातार चल रहा है, जिहड़े दर्शक उत्थे जुड़े हुए हैं इस प्रोग्राम नूं नाल नाल देख सकते हैं। हुण एक ब्रेक का समा हो रहा है, लैने एक ब्रेक। चर्चा ब्रेक तो बाद हाजिर होने हैं। संजय कपूर जी, भारतीय जनता पार्टी की इन्हों चोणों लैके पांच राज्यों की चोणा हो रही ने उन्हों की रणनीति बारे दस रहे थे। संजय कपूर जी, तुम छत्तीसगढ़ बारे भारतीय जनता पार्टी की तैयारी बारे दस रहे थे, बाकी दो होर राज भी जिहड़े हैगे जिथे जिथे भारतीय जनता पार्टी लड़ रही है उहदे बारे चुनाव देखे है और किन्ने जिन्ने अच्छे रिजल्ट तेलंगाना दे विच आए, अपने आप दे विच एक बड़ा वड्डा सरप्राइजिंग फैक्टर है। और यह चीज दिखांदा हैगा वे कि लोकां दा रुझान भारतीय जनता पार्टी वल वधदा पिया है डे बाय डे। हालांकि पिछली बारी साड़ी तेलंगाना की असैम्बली से सिर्फ एक ही सीट सी और सानू वोट भी सारा कोई 7% के करीब करीब पे है, और इस बारी सानू बहुत उम्मीद हैगी है कि तेलंगाना के विच आपां बड़े सरप्राइजिंग रिजल्ट देन जा रहे हैं। यह आने वाले चोणों के विच ही तुहानू नजर आएगा। अज उत्थों की जिहड़ी के चंद्रशेखर की सरकार है, के चंद्रशेखर राव साहब की, अज जो करप्शन के विच नक तक डुबी हुई है, अज लोग उत्थे एक बदलाव चाहते हैं तेलंगाना के विच। और अब वो समझते पे है कि जो सेंटर के विच नरेंद्र मोदी जी बैठे और स्टेट के विच बीजेपी की सरकार हो गई तो तेलंगाना का भाग्य नू बदलिया जा सकता है। वह तो मैं समझना वा कि तेलंगाना के विच तुहानू बड़े सरप्राइजिंग रिजल्ट आने वाले टाइम से देखने को मिलेंगे। और जितों तक मिजोरम का सवाल हैगा वह कि मिजोरम के विच साड़ी पिछली असेंबली के विच 40 के विचों इको ही सीट सी, पर लगभग 8% के करीब करीब सानू वोट पिया। इस वारी आपां डेफिनेटली अपना टैली नूं उत्थे इंप्रूव करन दी कोशिश करांगे और उत्थे साडा वोट परसेंटेज भी डे बाय डे करके बढ़ेगा, क्योंकि लोग देखते पए हैं कि सेंटर दे विच भारतीय जनता पार्टी ने जिन्नी मेहनत करके जिन्ना करके देश का नाम बनाया हुआ है,
लोग अज भारतीय जनता पार्टी की नीतियां से विश्वास जता रहे हैं और उसे भी रिजल्ट बड़े अच्छे सानू आने की उम्मीद है। ठीक है ठीक है भारती जी, तुसी जिहड़े दोने निरपक्ष पत्रकार ते टिप्पणीकारां दी गलबात भी सुनी ते संजय कपूर उन्होंने जिस तरीके नाल अपनी तैयारी दसी है उन्ने ही समय तुहाडे कोल है, जिहड़ी कांग्रेस है उसने किस तरीके दी तैयारी कीती हुई है ते ओह भारतीय जनता पार्टी लई किस तरीके नाल चुनौती बनेगी। दर्शक जी सब तो पहला तुहानू ते पैनल च बैठे सारे साथियों नूं मेरी प्यार भरी नमस्कार सत श्री अकाल। तो बहुत ही लर्नर्ड शर्मा जी और सिद्धू साहब ने बहुत कुछ कहा तो मैं हुण उन्होंने रिपीट नहीं करना चाहता, लेकिन मैं एक गल जरूर जिहड़ी गल शर्मा जी ने कही कि भी जिहड़ा 2018 च जो इलैक्शन होए उस तों बाद जो लोग सभा दे इलैक्शन होए वो एंटायरली डिफरेंट होए, और लेकिन 2023 जिहड़ा सीनरी है ये सीन जो है ये बिल्कुल डिफरेंट है 2018 नाल, क्योंकि अज बीजेपी भी वो नहीं जो 2018 तो पहला सी। 18 तो 23 तक लोगों ने देखा कि जो उन्होंने कहा वो किया नहीं। रीसेंटली मैं आपां बहुता लंबी चौड़ी बहस ना पैंदे हुए रीसेंटली जिहड़े इलैक्शन होए सारा जोर लाता यूपी विच एक सीट है घोसी, वो घोसी सीट जिहड़ी है उत्थे चीफ मिनिस्टर साहब उन्होंने 14 मिनिस्टर 56 MLA दिन रात एक करता उन्होंने, लेकिन वो पिछली बार हारे सीगे 20,000 वोटां ते इस बारी हारे 43,000 वोटां ते। ये यूपी जिन्हों के जिथे अपना होल्ड समझती है बीजेपी कि इत्थे उन्हां दा उन्हां दे बिना पत्ता नहीं हिल सकदा और उत्थे दा दरखत ही उखड़ गए इन्हां दे। दूसरा जिहड़ा कांग्रेस है केरला दे विच पुथुपल्ली सीट है, वो सीट कांग्रेस ने 37,000 वोटां नाल जीती है। तो उत्तराखंड विच एक सीट है बागेश्वर जिहड़ी सीट इन्होंने 2500 वोटां नाल जीती, और दो सीटा उन्होंने त्रिपुरा च भी जीतियां। उत्थों दे लोगों का यह कहना है कि जेकर इलैक्शन कमीशन अखां खोल के रखता तो उत्थे भी रिजल्ट कुछ होर हुंदा। तो इस करके जिहड़े घर दे हालात है वह विहड़े तो नज़र आ जाते हैं। हुण जिहड़ा आने वाला समा है वह दसदा है कि लोग इन्हां तों बहुत दुखी ने, क्योंकि 70 साल दे विच देश दे उपर 55 लाख करोड़ रुपया लोन सी और 9 ਸਾਲਾਂ ਦੇ ਵਿੱਚ ਉਹ 156 ਲੱਖ ਕਰੋੜ ਰੁਪਈਆ ਹੋ ਗਿਆ। ਲੋਕ ਤਾਂ ਜਾਣਦੇ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ, ਬਲਕਿ ਲੋਕ ਬੇਰੁਜ਼ਗਾਰ ਕਰਤੇ, ਨੋਟਬੰਦੀ ਇਹਨਾਂ ਦੀ ਫੇਲ ਹੋ ਗਈ। ਜਿਹੜਾ ਵੀ ਇਹਨਾਂ ਨੂੰ ਕੋਈ ਕੰਮ ਕਿਹਾ ਉਹ ਫੇਲ ਹੋਇਆ, ਜਿੱਥੇ ਜਿੱਥੇ ਜਿਹੜੇ ਜਿਹੜੇ ਸਟੈਪ ਉਠਾਏ ਉਹ ਬੁਰੀ ਤਰ੍ਹਾਂ ਫੇਲ ਹੋਏ। ਧਾਰਾ 370 ਦਾ ਕਹਿੰਦੇ ਜੀ ਬਹੁਤ ਫਾਇਦਾ ਹੋਇਆ, ਆ ਹੁਣੇ ਹੀ ਪਿੱਛੇ ਜੇ ਇਲੈਕਸ਼ਨ ਹੋਏ ਉੱਥੇ ਲੱਦਾਖ ਤਾਂ ਉਹ ਉੱਥੇ ਨੈਸ਼ਨਲ ਕਾਨਫਰੰਸ 12 ਸੀਟਾਂ ਲੈ ਗਈ, 8 ਸੀਟਾਂ ਕਾਂਗਰਸ ਲੈ ਗਈ, ਉੱਥੇ ਬੀਜੇਪੀ ਦੇ ਪੱਲੇ ਕੁਛ ਨਹੀਂ ਪਿਆ। ਸੋ ਇਸ ਕਰਕੇ ਇਹ ਜਿਹੜੀ ਜਿਹੜੇ ਇਲੈਕਸ਼ਨ ਮੈਂ ਗੱਲ ਕਰ ਰਿਹਾ ਸੀਗਾ ਉੱਥੇ ਜਿਹੜੀ ਇੰਡੀਆ ਅਲਾਇੰਸ ਹੈ ਉਹਨਾਂ ਨੂੰ 448,398 ਵੋਟ ਪਏ ਔਰ ਐਨਡੀਏ ਨੂੰ ਪਏ 362,131। ਜਿਹੜਾ ਡਿਫਰੈਂਸ ਹੈ ਉਹ 20% ਦੇ ਕਰੀਬ ਹੈ। ਸੋ ਇਸ ਕਰਕੇ ਡਿਫਰੈਂਸ ਵੀ ਵੱਧਦਾ ਜਾ ਰਿਹਾ, ਪੁਜੀਸ਼ਨ ਵੀ ਇਹਨਾਂ ਦੀ ਕਮਜ਼ੋਰ ਹੋ ਰਹੀ ਹੈ। ਪਤਾ ਨਹੀਂ ਹੁਣ ਇਹ ਜਿਹੜਾ ਅੱਗੋਂ ਆਪੋਜੀਸ਼ਨ ਪਾਰਟੀਆਂ ਦੀਆਂ ਸਰਕਾਰਾਂ ਨੂੰ ਤੋੜਨਾ ਅਤੇ ਉਹਨਾਂ ਨੂੰ ਬਣਾਉਣਾ ਉਹਦਾ ਵੀ ਲੋਕਾਂ ਨੇ ਐਤਰਾਜ਼ ਜ਼ਾਹਿਰ ਕੀਤਾ ਔਰ ਜਦੋਂ ਵੀ ਸਰਕਾਰ ਕਿਤੇ ਵੀ ਕਿਸੇ ਵੀ ਪਾਰਟੀ ਦੀ ਬਣਦੀ ਹੈ ਤਾਂ ਉਹਨਾਂ ਦੇ ਮਗਰ ED ਲਾ ਦੇਣਾ, ਉਹਨਾਂ ਦੇ ਮਗਰ CBI ਲਾ ਦੇਣਾ, IT ਲਾ ਦੇਣਾ, ਵੱਖ ਵੱਖ ਏਜੰਸੀਆਂ ਦੇ ਥਰੂ ਉਹਨਾਂ ਨੂੰ ਤੰਗ ਕਰਨਾ ਔਰ ਆਪਣੇ ਮਿੱਤਰਾਂ ਨੂੰ ਕਾਰਪੋਰੇਟ ਸੈਕਟਰ ਵਾਲਿਆਂ ਨੂੰ ਜਿਹੜਾ ਉਹ ਵੱਡੇ ਤੋਂ ਵੱਡੇ ਯੂਨਿਟ ਲੈ ਕੇ ਦੇਣੇ ਜਿਹੜੇ ਪ੍ਰੋਫਿਟੇਬਲ ਯੂਨਿਟ ਹੈ। ਜੇ ਯੂਨਿਟ ਦੇਣ ਵਾਲਾ ਮੰਨਦਾ ਨਹੀਂ ਤਾਂ ਉਹਨਾਂ ਖਿਲਾਫ ED ਦੇ ਇਨਕਮ ਟੈਕਸ ਦੀ ਰੇਡ, CBI ਦੀ ਰੇਡ। ਅਲਟੀਮੇਟਲੀ ਅਗਲਾ ਮੱਥਾ ਟੇਕ ਜਾਂਦਾ, ਭਰਾਵਾ ਲੈ ਲੈ ਯੂਨਿਟ ਹੀ ਲੈ ਲੈ, ਮੈਂ ਮੇਰੀ ਤਾਂ ਨੀਂਦ ਹਰਾਮ ਹੋਈ ਪਈ। ਸੋ ਇਸ ਕਰਕੇ ਇਹਨਾਂ ਗੱਲਾਂ ਕਰਕੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਬੀਜੇਪੀ ਦੇ ਖਿਲਾਫ ਨੇ, ਚਾਹੇ ਇਹ ਕਿਸੇ ਵੀ ਸਟੇਟ ਦੀ ਗੱਲ ਕਰ ਲੈਣ।
अज यूपी की गल कर लिए लॉ एंड आर्डर का उत्थे दुबाला निकलिया पिया और जिहड़ी एम पी है जिहड़े पंज राज ने जिथे जिथे चोणा हो रही ने मैं थोनू जिहड़ी कांग्रेस की रणनीति है उस बारे पुछ रहा सीगा उहदे बारे कुछ चानणा पा सकदे हो। गल यह है जिहड़ियां साडियां पंज स्टेटां ने पंज स्टेटां जिहड़ा इलैक्शन हो रहा वह अज बीजेपी की नींद इस करके हराम होई पई है क्योंकि जिहड़ी इंडिया अलायंस है वह डे बाई डे पावरफुल होंदी जा रही है। जिहड़ा मैं पिछे तुहानू सीटां दा दस्सिया वह इस करके सीटां जिहड़ियां अच्छे मार्जन नाल जीतियां क्योंकि इंडिया अलायंस जिहड़ा वह चट्टान की तरह मजबूती नाल बीजेपी का सामना कर रहा। राजस्थान एम पी दो जगह से तो इन्होंने अपने सेंटर के एम मिनिस्टर तक झोंक दिते और इस करके झोंक दिते इसे करके झोंक दिते क्योंकि इन्हों उ कमजोरी नजर आ रही है। असि राजस्थान च भी मजबूत है मध्य प्रदेश भी मजबूत है। भारती जी एक मेरा सवाल सुन लो तुम कह रहे हो इंडिया बहुत मजबूती भारतीय जनता पार्टी टक्कर देने वास्ते जदो जहद कर रहा है इस समय पूरी मजबूती नाल अगे वध रहा है पर थोड़े आम आदमी पार्टी जिहड़े केजरीवाल ने ओह थोड़ी बेड़िया च वटे पाउण वास्ते आप खुद चोण उन्होंने ऐलान करता असी जिहड़ा हैगा मध्य प्रदेश भी चोण लड़ांगे राजस्थान च भी चोण लड़ांगे छत्तीसगढ़ च भी चोण लड़ांगे ਉਹ ਜਿੱਥੇ ਜਿੱਥੇ ਚੋਣ ਲੜਦੇ ਉੱਥੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਂਦੇ ਆ। ਤੁਸੀਂ ਦਰਸ਼ਕ ਜੀ ਕੇਜਰੀਵਾਲ ਇੱਕ ਜਦੋਂ ਵੀ ਅਲਾਇੰਸ ਫਾਈਨਲ ਹੋਣ ਤੋਂ ਪਹਿਲਾਂ ਇੱਕ ਪ੍ਰੈਸ਼ਰ ਟੈਕਟਿਕਸ ਹੈ ਜੋ ਕੇਜਰੀਵਾਲ ਜੀ ਵਰਤ ਰਹੇ ਹੈ ਉਹ ਸ਼ਾਇਦ ਪਤਾ ਨਹੀਂ ਉਹਦੇ 'ਚ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਵੀ ਆ ਹੁਣ ਪਿੱਛੇ ਜੇ ਜਿਸ ਦਿਨ ਸੰਜੇ ਸਿੰਘ ਨੂੰ ਫੜਿਆ ਤਾਂ ਉਸ ਦਿਨ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਹੜਾ ਇੰਡੀਆ ਅਲਾਇੰਸ ਹੈ ਉਹ ਸਾਡਾ ਮਜ਼ਬੂਤ ਹੋ ਰਿਹਾ ਉਹਦੇ ਤੋਂ ਬੀਜੇਪੀ ਬੜੀ ਇਰੀਟੇਟ ਹੋਈ ਹੋਈ ਹੈ ਘਬਰਾਈ ਹੋਈ ਹੈ ਇਸੇ ਕਰਕੇ ਉਹ ਸਾਨੂੰ ਤੰਗ ਕਰ ਰਹੀ ਹੈ ਤੇ ਇੰਡੀਆ ਗਠਬੰਧਨ ਜਿਹੜਾ ਉਹ ਬੜਾ ਮਜ਼ਬੂਤ ਹੈ ਔਰ ਅਸੀਂ ਮਜ਼ਬੂਤੀ ਨਾਲ ਬੀਜੇਪੀ ਨੂੰ ਇਸ ਵਾਰ ਪਾਵਰ ਤੋਂ ਬਾਹਰ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਾਂ। ਤੋ ਇਸ ਕਰਕੇ ਇਹ ਜਿਹੜੇ ਹਾਲਾਤ ਨੇ ਉਹ ਕਿਸ ਕਰਵਟ ਬੈਠਦੇ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜੋ ਮੈਂ ਮਹਿਸੂਸ ਕਰਦਾ ਅੱਜ ਇੰਡੀਆ ਅਲਾਇੰਸ ਦੇ ਵਿੱਚ ਬੈਠੀ ਹਰ ਪਾਰਟੀ ਇਹ ਮਹਿਸੂਸ ਕਰ ਰਹੀ ਹੈ ਕਿ ਬੀਜੇਪੀ ਦੀ ਡਿਕਟੇਟਰਸ਼ਿਪ ਤੋਂ ਕਿਸ ਤਰ੍ਹਾਂ ਖਹਿੜਾ ਛੁਡਾਉਣਾ ਹੈ ਉਹਦੀ ਜਿਹੜੀ ਤਿਆਰੀ ਹੈ ਉਹ ਬੜੀ ਜ਼ਰੂਰੀ ਹੈ। ਔਰ ਫਿਰ ਹੁਣੇ ਹੀ ਗੱਲ ਕਰ ਰਹੇ ਸੀ ਕਪੂਰ ਸਾਹਿਬ ਬੜੇ ਮੇਰੇ ਸਿਆਣੇ ਮਿੱਤਰ ਹੈ ਕਹਿੰਦੇ ਜੀ ਅਸੀਂ ਓਨੈਸਟਲੀ ਸਾਰੇ ਬੰਦੇ ਜਿਹੜੇ ਆ ਲਾਏ ਹੈ ਓਨੈਸਟੀ ਤਾਂ ਮਹਾਰਾਸ਼ਟਰ 'ਚ ਆ ਗਈ ਜਦੋਂ ਸਰਕਾਰ ਤੋੜੀ ਹੈ ਇਹਨਾਂ ਨੇ ਕਮਾਲ ਹੀ ਕਰਤੀ ਉੱਥੇ ਜਿਹੜਾ ਇਹਨਾਂ ਦਾ ਚੀਫ ਮਿਨਿਸਟਰ ਸੀ ਉਹਨੂੰ ਉੱਥੇ ਡਿਪਟੀ ਚੀਫ ਮਿਨਿਸਟਰ ਬਣਾਤਾ ਜਿਹਨੂੰ ਦਲ ਬਦਲੀ ਕਰਾ ਕੇ ਲੈ ਕੇ ਆਏ ਸੀ ਉਹਨੂੰ ਚੀਫ ਮਿਨਿਸਟਰ ਬਣਾਤਾ। ਫਿਰ ਇੱਕ ਹੋਰ ਇਹਨਾਂ ਨੇ ਉੱਥੇ ਪਲਟੀ ਮਾਰੀ ਐਨ ਸੀ ਪੀ ਦੇ ਬੰਦੇ ਪੱਟ ਕੇ ਲਿਆਏ ਜਿਹਦੇ ਬਾਰੇ ਪ੍ਰਧਾਨ ਮੰਤਰੀ ਜੀ ਉੱਥੇ ਕਹਿ ਕੇ ਆਏ ਸੀ ਆਪਣੀ ਸਪੀਚ ਵਿੱਚ ਵੀ 70,000 ਕਰੋੜ ਦਾ ਘੁਟਾਲਾ ਕੀਤਾ ਅਜੀਤ ਪਵਾਰ ਨੇ ਨਾਮ ਲੈ ਕੇ ਔਰ ਇਹਨਾਂ ਦੇ ਜਿਹੜੇ ਪਹਿਲਾਂ ਸੀ ਐਮ ਸੀਗੇ ਹੁਣ ਡਿਪਟੀ ਸੀ ਐਮ ਹੈ ਔਰ ਉਹ ਉਹਨਾਂ ਨੇ ਉੱਥੇ ਬਿਆਨ ਦਿੱਤਾ ਸੀ ਕਿ ਵੀ ਚੱਕੀ ਪੀ ਸਿੰਘ ਜੇਲ੍ਹ ਮੇਂ ਉਹਨਾਂ ਨੂੰ ਡਿਪਟੀ ਸੀ ਐਮ ਬਣਾਤਾ। ਇਹਨਾਂ ਦਾ ਕਥਨੀ ਔਰ ਕਰਨੀ ਚ ਸਿਰਫ ਲੋਕ ਹੁਣ ਸਮਝ ਗਏ ਹੈ ਕਿ ਬੀਜੇਪੀ ਜਿਹੜੀ ਹੈ ਉਹ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੀ ਹੈ ਔਰ ਇਸ ਕਰਕੇ ਲੋਕ ਹੁਣ ਬੇਵਕੂਫ ਬਣਨ ਲਈ ਤਿਆਰ ਨਹੀਂ ਲੋਕ ਤਿਆਰ ਬਰ ਤਿਆਰ ਬੈਠੇ ਆ ਬੀਜੇਪੀ ਨੂੰ ਸਬਕ ਸਿਖਾਉਣ ਲਈ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ ਚਾਹੇ ਤੇਲੰਗਾਨਾ ਹੋਵੇ ਚਾਹੇ ਮਿਜ਼ੋਰਮ ਹੋਵੇ ਕੋਈ ਵੀ ਸਟੇਟ ਸਾਡੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਇੰਡੀਆ ਅਲਾਇੰਸ ਤਿਆਰ ਹੈ ਬੀਜੇਪੀ ਨੂੰ ਸਬਕ ਸਿਖਾਉਣ ਲਈ। ਠੀਕ ਹੈ ਸਿੱਧੂ ਸਾਹਿਬ ਤੁਸੀਂ ਭਾਰਤੀ ਜੀ ਦੀ ਗੱਲਬਾਤ ਸੁਣੀ ਹੈ ਤੇ ਉਹ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੇ ਉਦਾਹਰਣ ਦਿੱਤੀ ਕੇਰਲ ਦੀ ਦਿੱਤੀ ਯੂਪੀ ਦੀ ਦਿੱਤੀ ਹੋਰ ਕਈ ਥਾਵਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ ਕਿ ਉੱਥੇ ਤੋਂ ਇਹ ਸੰਕੇਤ ਮਿਲਦੇ ਆ ਕਿ ਭਾਰਤੀ ਜਨਤਾ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੇ ਦੂਜੇ ਪਾਸੇ ਜਿਹੜਾ ਸਵਾਲ ਮੈਂ ਇਹਨਾਂ ਨੂੰ ਕੀਤਾ ਸੀਗਾ ਕਿ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਮੈਂ ਮੱਧ ਪ੍ਰਦੇਸ਼ 'ਚ ਰਾਜਸਥਾਨ 'ਚ ਛੱਤੀਸਗੜ੍ਹ ਦੇ ਵਿੱਚ ਵੀ ਚੋਣ ਲੜੂੰਗਾ ਤੇ ਉਸ ਤਰੀਕੇ ਦੇ ਨਾਲ ਤਾਂ ਜਿਹੜਾ ਇੰਡੀਆ ਗਠਜੋੜ ਹੈ ਉਹਦੇ ਵਿੱਚ ਤਰੇੜਾ ਨਹੀਂ ਤੁਹਾਨੂੰ ਨਜ਼ਰ ਆਉਂਦੀ ਹੈ? ਦਰਸ਼ਕ ਜੀ ਗੱਲ ਇਹ ਹੈ ਕਿ ਹਾਲੇ ਜਿਹੜਾ ਇੰਡੀਆ ਜਿਹੜਾ ਗਠਜੋੜ ਹੈ ਉਹ ਫਾਈਨਲ ਸਟੇਜ ਵੱਲ ਨਹੀਂ ਗਿਆ ਜਿਹਦੇ ਕਰਕੇ ਮੈਂ ਸਮਝਦਾ ਕਿ ਹਾਲੇ ਜਿਹੜਾ ਇਹਨਾਂ ਨੇ ਸੀਟਾਂ ਦਾ ਕਿੱਥੋਂ ਕਿਹਨੇ ਲੜਨਾ ਹੈ ਉਹਨੂੰ ਬਰਕਰਾਰ ਕਰਨ ਵਾਸਤੇ ਜਿਵੇਂ ਕਿ ਵਿਨੋਦ ਭਾਰਤੀ ਜੀ ਨੇ ਕਿਹਾ ਬਿਲਕੁਲ ਠੀਕ ਹੈ ਕਿ ਹਰ ਇੱਕ ਪਾਰਟੀ ਆਪਣਾ ਆਪਣਾ ਥੋੜਾ ਬੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ
साड़ी प्रेजेंस हैगी फलानी स्टेट दे विच तां कि उस वेले सानू थोड़ियां बड़ियां सीटां दा शेयर जिहड़ा है वह घट वध सके उस गल दे अधीन वह कोशिश कर रहा है केजरीवाल। लेकिन जे तुसी उहनू जदों फाइनल सवाल जावांगे तुसी वेखोगे कि केजरीवाल किते बंदे इदां नहीं खड़े करूगा। ओ बिल्कुल ये जिहड़ियां गल्लां बयान स्टेटमेंट्स जिहड़ियां ने उदों टोटली बदल जा।